ਨਵਜੋਤ ਸਿੰਘ ਸਿੱਧੂ ਜਿੱਥੇ ਅਸੀਂ ਆ ਨਵਜੋਤ ਸਿੱਧੂ ਵੀ ਉੱਥੇ ਹੀ ਆ। ਨਹੀਂ ਨਾ ਮੈਂ ਮਾਫੀ ਮੰਗਾਉਣ ਵਾਸਤੇ ਉਹਨੂੰ ਬੁਲਾਇਆ ਨਾ ਉਹ ਆਇਆ। ਪੰਜਾਬ ਦਾ ਕੈਪਟਨ ਕੈਪਟਨ ਅਮਰਿੰਦਰ ਸਿੰਘ ਹੀ ਹੈ। ਪਿਤਾ ਜੀ ਸੇ ਪੁੱਤਰ ਨੇ ਮਾਫੀ ਮੰਗ ਲਈ ਹੈ, ਉਹ ਪੁੱਤਰ ਸੇ ਜਾ ਕੇ ਬਾਤ ਕਰੋ, ਮੁਝੇ ਨਹੀਂ ਮਾਲੂਮ। ਮੈਂ ਸਮਝਦਾ ਜਿਹੜੀ ਗੱਲ ਤੁਸੀਂ ਪੁੱਛਣੀ ਚਾਹੁੰਦੇ ਹੋ, ਗੱਲ ਇਹ ਹੈ ਰੂਟੀਨ ਮੈਟਰ, ਜੋ ਰੂਟੀਨ ਦੀ ਮੀਟਿੰਗ ਸੀ ਕੈਬਨਿਟ ਦੀ, ਆਮ ਬਿੱਲ ਸੀਗੇ ਉਹ ਪਾਏ ਨੇ, ਔਰ ਜਿਹੜੀ ਸਿੱਧੂ ਵਾਲੀ ਗੱਲ ਆ ਉਹ ਕੋਈ ਨੀ ਹੋਈ, ਇੱਕ ਸ਼ਬਦ ਵੀ ਨੀ ਹੋਇਆ। ਹਾਈਕਮਾਂਡ ਨੇ ਨਾ ਕਦੇ ਵੀ ਕੁਛ ਨੀ ਕਿਹਾ। ਸਰ ਮੰਤਰੀ ਸਾਹਿਬ, ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਵੀ ਸ਼ਲਾਘਾ ਕੀਤੀ ਗਈ ਹੈ ਕਿ ਮੋਦੀ ਸਰਕਾਰ ਦੀ ਕੀਤੀ, ਨਵਜੋਤ ਸਿੰਘ ਸਿੱਧੂ ਦਾ ਪ੍ਰੈਸ ਨੋਟ ਚ ਕਿਤੇ ਜ਼ਿਕਰ ਨਹੀਂ ਹੈ। ਹੁਣ ਬੜੀ ਦੇਰ ਦੀ ਮੰਗ ਸੀ, ਪ੍ਰਧਾਨ ਮੰਤਰੀ ਨੇ ਮੋਦੀ ਜੀ ਨੇ ਸਵੀਕਾਰ ਕੀਤੀ ਆ, ਗੁਰੂ ਨਾਨਕ ਸਾਹਿਬ ਦੇ ਦਿਹਾੜੇ ਤੇ 550ਵਾਂ ਜੋ ਦਿਹਾੜਾ ਆ ਰਿਹਾ ਉਹਨੂੰ ਮਨਾਉਣ ਵਾਸਤੇ ਉਹਨਾਂ ਨੇ ਖੁੱਲ ਦਿੱਤੀ ਆ, ਮੈਂ ਉਹਨਾਂ ਦਾ ਧੰਨਵਾਦੀ ਆ। ਨਵਜੋਤ ਸਿੰਘ ਸਿੱਧੂ ਜਿੱਥੇ ਅਸੀਂ ਆ ਨਵਜੋਤ ਸਿੱਧੂ ਵੀ ਉੱਥੇ ਹੀ ਆ। ਜਿਵੇਂ ਅਸੀਂ ਆ ਬਾਬੇ ਨਾਨਕ ਦਾ ਮਨਾਉਂਦੇ ਆ, ਦਿਨ ਨਵਜੋਤ ਸਿੱਧੂ ਵੀ ਮਨਾਉਂਦਾ। ਨਵਜੋਤ ਸਿੱਧੂ ਨੇ ਪਾਕਿਸਤਾਨ ਕੋ ਥੈਂਕਸ ਕੀਆ ਥਾ ਇਸ ਪੂਰੇ ਕੋਰੀਡੋਰ ਕੇ ਲੀਏ। ਹਾਂ ਕੈਪਟਨ ਅਮਰਿੰਦਰ ਸਿੰਘ ਨੇ ਇੰਡੀਅਨ ਕਾਂਗਰਸ ਸਰਕਾਰ ਕਾ ਵੀ ਕੀਆ, ਮੋਦੀ ਸਾਹਿਬ ਕਾ ਵੀ ਥੈਂਕਸ ਕੀਆ, ਮੈਂ ਵੀ ਕਰ ਰਹਾ ਹੂੰ, ਔਰ ਪਾਕਿਸਤਾਨ ਕੇ ਪ੍ਰਧਾਨ ਮੰਤਰੀ ਦਾ ਵੀ ਕੀਆ ਹੈ ਥੈਂਕਸ, ਇਹ ਨਹੀਂ ਹੈ ਦੋਨੋ ਸਰਕਾਰੋਂ ਕਾ ਕੀਆ ਹੈ। ਕੋਈ ਗੱਲ ਨੀ ਹੋਈ, ਮੈਨੂੰ ਤਾਂ ਤੁਸੀਂ ਚੈਨਲ ਦੇਖਿਆ, ਇਹ ਬਾਕੀ ਦਾ ਹਾਈਕਮਾਂਡ ਦੇ ਗੱਲ ਹੋਏਗੀ। ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਨੇ, ਮੈਂ ਆਪ ਸੁਲਝਾ ਲਾਂਗਾ ਗੱਲ। ਪਿਤਾ ਜਦੋਂ ਬੰਦਾ ਨੂੰ ਪਿਤਾ ਕਹਿ ਦਿੱਤਾ, ਜਦੋਂ ਪਿਤਾ ਕਹਿ ਦਿੱਤਾ ਤੁਸੀਂ ਚੈਨਲਾਂ ਨੇ ਦਿਖਾਇਆ, ਬਿਲਕੁਲ ਠੀਕ ਨਹੀਂ ਸੀ। ਮਾਫੀ ਮੰਗੀ ਕਿ ਨਹੀਂ ਸਰ? ਮਾਫੀ ਮੰਗੀ ਨਹੀਂ ਨਾ, ਮੈਂ ਮਾਫੀ ਮੰਗਾਉਣ ਵਾਸਤੇ ਉਹਨੂੰ ਬੁਲਾਇਆ ਨਾ ਉਹ ਆਇਆ। ਉਹ ਤਾਂ ਉੱਥੇ ਰਾਜਸਥਾਨ ਦੇ ਵਿੱਚ ਆਪਣੀ ਕੰਪੇਨ ਕਰ ਰਹੇ ਨੇ, ਜਦੋਂ ਆਉਣਗੇ ਫਿਰ ਪਤਾ ਚੱਲੇਗਾ। ਇਜਲਾਸ ਵੀ ਜਲਦੀ ਹੋ ਜਾਏਗਾ, ਨਹੀਂ ਹਜੇ ਨਹੀਂ ਹੋਈ। ਬਿਲਕੁਲ ਬਿਲਕੁਲ, ਮੈਂ ਦੇਖੋ ਰਾਹੁਲ ਗਾਂਧੀ ਜਿੱਥੇ ਹਿੰਦੁਸਤਾਨ ਦੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ, ਔਰ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਜੀ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਚੀਫ ਮਿਨਿਸਟਰ ਬਣਾਇਆ, ਪੰਜਾਬ ਦੇ ਲੋਕਾਂ ਨੇ ਅੱਖਾਂ ਤੇ ਬਿਠਾਇਆ, ਇੱਡੀ ਵੱਡੀ ਜਿੱਤ ਦਿੱਤੀ ਹੈ, ਪੰਜਾਬ ਦਾ ਕੈਪਟਨ ਕੈਪਟਨ ਅਮਰਿੰਦਰ ਸਿੰਘ ਹੀ ਹੈ। ਪਿਤਾ ਜੀ ਸੇ ਪੁੱਤਰ ਨੇ ਮਾਫੀ ਮੰਗ ਲਈ ਹੈ, ਪਿਤਾ ਜੀ ਸੇ ਪੁੱਤਰ ਨੇ ਮਾਫੀ ਮੰਗ ਲਈ ਹੈ। ਉਹ ਪੁੱਤਰ ਸੇ ਜਾ ਕੇ ਬਾਤ ਕਰੋ, ਮੁਝੇ ਨਹੀਂ ਮਾਲੂਮ।